ਓਸ਼ੋ ਅਮਰੀਕਾ ਦਾ ਇੱਕ ਅਰਬਪਤੀ ਇੰਡਰੂ ਕਾਰਨੇਗੀ ਮਰਿਆ ਮਰਨ ਵੇਲੇ ਉਸ ਕੋਲ 10 ਅਰਬ ਰੁਪਏ ਸਨ ਲੇਕਿਨ ਮਰਨ ਵੇਲੇ ਉਹ ਬਹੁਤ ਉਦਾਸ ਸੀ ਉਹਦੇ ਮਿੱਤਰ ਨੇ ਉਸ ਤੋਂ ਪੁੱਛਿਆ ਕਿ ਤੈਨੂੰ ਤਾਂ ਉਦਾਸ ਨਹੀਂ ਹੋਣਾ ਚਾਹੀਦਾ ਤੂੰ ਤਾਂ ਜੀਵਨ ਚ ਜੋ ਚਾਇਆ ਸੀ ਉਹ ਪਾ ਲਿਆ ਸ਼ਾਇਦ ਪਿਥਵੀ ਦਾ ਤੂੰ ਸਭ ਤੋਂ ਵੱਡਾ ਅਮੀਰ ਆਦਮੀ ਹੈ 10 ਅਰਬ ਰੁਪਏ ਛੱਡ ਕੇ ਤੂੰ ਜਾ ਰਿਹਾ ਹੈ ਇੰਡਰੂ ਕਾਰਨੇਗੀ ਨੇ ਕਿਹਾ ਨਾ ਕਰੇ ਗੱਲਾਂ ਮੇਰੇ ਚਿੱਤ ਨੂੰ ਨਾ ਦੁਖਾ ਸਿਰਫ 10 ਅਰਬ ਰੁਪਏ ਨਾਲ ਮਨ ਬੜਾ ਦੁਖਦਾਏ ਮੇਰੇ ਇਰਾਦੇ 100 ਅਰਬ ਰੁਪਏ ਛੱਡਣ ਦੇ ਸੀ ਹੁਣ ਤਾਂ ਮੌਤ ਕਰੀਬ ਆ ਗਈ ਮੈਂ ਇੱਕ ਗਰੀਬ ਆਦਮੀ ਮਰ ਰਿਹਾ ਹਾਂ ਕਿਉਂਕਿ ਮੇਰੀ ਇੱਛਾ ਸੀ 100 ਦੀ ਤੇ ਕੁਲ 10 ਹੀ ਕਮਾ ਸਕਿਆ 90 ਦੇ ਹਿਸਾਬ ਨਾਲ ਗਰੀਬ ਹਾਂ 90 ਅਰਬ ਰੁਪਏ ਮੇਰੇ ਕੋਲ ਨਹੀਂ ਹਨ ਜੋ ਹੋਣੇ ਚਾਹੀਦੇ ਸਨ ਧਿਆਨ ਰਹੇ ਉਹਨੂੰ ਜੇ 100 ਅਰਬ ਵੀ ਮਿਲ ਜਾਂਦੇ ਤਾਂ ਵੀ ਕੋਈ ਫਰਕ ਨਾ ਪੈਂਦਾ ਕਿਉਂਕਿ ਸੰਖਿਆ ਰੁਕ ਨਹੀਂ ਜਾਂਦੀ ਸੀ 100 ਤੇ ਸੰਖਿਆ ਅੱਗੇ ਵੱਧ ਜਾਂਦੀ ਹਜ਼ਾਰ ਅਰਬ ਹੋ ਜਾਂਦੇ ਲੱਖ ਅਰਬ ਹੋ ਜਾਂਦੇ ਕਿੰਨਾ ਹੀ ਮਿਲ ਜਾਏ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਧਨ ਤੇ ਰੁਤਬੇ ਤੇ ਯਸ਼ ਦੀ ਦੌੜ ਆਦਮੀ ਲਭ ਲੈਂਦਾ ਜਿਵੇਂ ਉਹਦੀ ਕੰਮ ਦੀ ਦੁਨੀਆ ਪੂਰੀ ਹੋਈ ਫਿਰ ਉਹ ਇਹੋ ਜੇ ਕੰਮ ਛੋਣ ਲੈਂਦਾ ਜਿਸ 'ਚ ਬੇਸ ਨਹੀਂ ਹੁੰਦਾ ਉਹ ਪਰਦਾ ਚਲਿਆ ਜਾਂਦਾ ਹੈ ਬਾਕੀ ਨਿਕਲਦਾ ਚਲਿਆ ਜਾਂਦਾ ਹੈ ਧੰਨਵਾਦ